ਨਾਲੇ ਮੈਂ ਸੁਣਿਆ ਵੀ ਕਹਿੰਦੇ ਨੇ ਜੇ ਜਪਾਰਾ ਪਾਓ ਤੇ ਮੌਤ ਹੋ ਜਾਂਦੀ ਘਰ ਦੇ ਵਿੱਚ, ਇਹ ਸੱਚ ਹੈ? ਦੇਖੋ ਜੀ, ਮੌਤਾਂ ਵੀ ਹੋ ਜਾਂਦੀਆਂ ਨੇ। ਅੱਛਾ, ਕਿੰਨੇ ਕਿੰਨੇ ਕੇਸ ਅਦਾ ਦੇ ਹੋਏ ਨੇ ਜਿਹਨਾਂ ਨੇ ਜਪਾਰਾ ਪਾਇਆ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਮੌਤਾਂ ਹੋਈਆਂ ਤੇ ਵੰਸ਼ ਨਹੀਂ ਵਧਿਆ? ਸੱਜਣ ਸਿੰਘ ਸਾਰਾ ਹੀ ਖਾਲੀ ਹੋ ਗਿਆ। ਅੱਛਾ, ਉਹਦੇ ਮੁੰਡੇ ਵੀ ਮਰ ਗਏ, ਆਪ ਵੀ ਮਰ ਗਿਆ, ਘਰ ਵਾਲੀ ਮਰ ਗਈ। ਇਸ ਜਗ੍ਹਾ ਤੇ ਉਹਨਾਂ ਨੇ ਚਬਾਰਾ ਪਾਇਆ ਸੀ ਤੇ ਹੁਣ ਇਹ ਚਬਾਰਾ ਤੁਸੀਂ ਦੇਖੋਗੇ ਖਾਲੀ ਨਜ਼ਰ ਆਏਗਾ, ਉੱਪਰ ਚਬਾਰਾ ਢਾ ਦਿੱਤਾ ਗਿਆ ਕਿਉਂਕਿ ਜਦੋਂ ਚਬਾਰਾ ਸੀਗਾ ਉਸ ਟਾਈਮ ਇਹਨਾਂ ਦੇ ਸਾਰਾ ਪਰਿਵਾਰ ਜਿਹੜਾ ਖਤਮ ਹੋ ਗਿਆ। ਸੱਜਣ ਸਿੰਘ ਦਾ ਪੂਰਾ ਪਰਿਵਾਰ ਖਤਮ ਹੋ ਗਿਆ, ਇੱਟਾਂ ਕਸੀਆਂ ਹੋਈਆਂ ਨੇ, ਤੁਸੀਂ ਵੇਖੋਗੇ ਇਹ ਪਿੰਡ ਹੁਣ ਇਹ ਜਗ੍ਹਾ ਕਿਸੇ ਹੋਰ ਨੇ ਖਰੀਦੀ ਹੈ ਤੇ ਚਬਾਰਾ ਉੱਪਰੋਂ ਢਾ ਦਿੱਤਾ ਗਿਆ, ਪਹਿਲਾਂ ਚਬਾਰਾ ਸੀਗਾ। ਬਜ਼ੁਰਗ ਕਹਿੰਦੇ ਨੇ ਕਿ ਜੇਕਰ ਚਬਾਰਾ ਪਾਉਂਦੇ ਆ ਤਾਂ ਵੰਸ਼ ਖਤਮ ਹੋ ਜਾਂਦਾ ਹੈ, ਘਰ ਦੇ ਵਿੱਚ ਪੁੱਤਾਂ ਦੀ ਮੌਤ ਹੋ ਜਾਂਦੀ ਹੈ, ਉਸ ਤੋਂ ਬਾਅਦ ਚਬਾਰਾ ਪਾਇਆ ਵੀ ਕੀ ਕਰੇ ਬੰਦਾ, ਕਿਉਂਕਿ ਵੰਸ਼ ਹੀ ਜਦ ਖਤਮ ਹੋ ਗਿਆ ਅੱਗੇ ਵਧਿਆ ਹੀ ਨਹੀਂ। ਅੱਛਾ, ਕੋਈ ਜਗ੍ਹਾ ਸੀ ਉਰੇ? ਜਗ੍ਹਾ ਹੀ ਆ, ਦੋ ਥਾਂ ਜਗ੍ਹਾ, ਇੱਕ ਉਧਰ ਗੁਰਦੁਆਰੇ, ਇੱਕ ਇਧਰ ਆਪਣੀ ਪੈਲੀ ਵੱਲੇ ਆ ਜਗ੍ਹਾ। ਤੇ ਉਹ ਕਹਿੰਦੇ ਨੇ ਵੀ ਪੀਰ ਦੀ ਜਗ੍ਹਾ ਤੋਂ ਉੱਪਰ ਨਹੀਂ ਕੋਈ ਹੋਣਾ ਚਾਹੀਦਾ। ਨਹੀਂ ਹੋਣਾ ਚਾਹੀਦਾ, ਬਸ ਆਹੀ ਆ। ਇੱਕ ਸਿਰਫ ਗੁਰਦੁਆਰਾ ਸਾਹਿਬ ਹੈ ਜਿਹੜਾ ਸਭ ਤੋਂ ਉੱਚਾ ਆ, ਉਸ ਤੋਂ ਇਲਾਵਾ ਤੁਹਾਨੂੰ ਕਿਤੇ ਵੀ ਕੋਈ ਵੀ ਚਬਾਰਾ ਨਜ਼ਰ ਨਹੀਂ ਆਊਗਾ। ਪਿੰਡ 'ਚ ਕੋਈ ਚਬਾਰਾ ਨਾ ਹੋਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਹੈਰਾਨੀਜਨਕ ਗੱਲ ਜਿਹੜੀ ਆ ਉਹ ਸ਼ੋਅ ਕਰਦਾ ਆ। ਕੋਈ ਚਬਾਰਾ ਨਾ ਹੋਣਾ ਪਿੰਡ ਦੇ ਵਿੱਚ ਆਪਣੇ ਆਪ ਦੇ ਵਿੱਚ ਸਾਬਿਤ ਕਰਦਾ ਹੈ ਕਿ ਲੋਕ ਇਸ ਚੀਜ਼ ਨੂੰ ਮੰਨਦੇ ਨੇ। ਸਾਡਾ ਭਾਈ ਹੈ ਸੂਬੇਦਾਰ ਨਿਹਾਲ ਸਿੰਘ, ਉਹ ਵੀ ਉਹਨੇ ਚਬਾਰਾ ਪਾਇਆ, ਉਹਦਾ ਵੀ ਕੱਖ ਨਹੀਂ ਰਿਹਾ, ਇਕੱਲਾ ਇਕੱਲਾ ਮੁੰਡਾ ਸੀ ਉਹ ਵੀ ਚਲਾ ਗਿਆ। ਕਿਹੜੀ ਮੁਸਲਮਾਨੀ ਦੀ ਫਿਰਨੀ ਦੇ ਅੰਦਰ ਜੇ ਕੋਈ ਦੁਕਾਨ ਕੋਈ ਵੀ ਬੰਦਾ ਚਬਾਰਾ ਪਾਉਂਦਾ ਆ ਤਾਂ ਉਹਦੇ ਘਰ ਦੇ ਵਿੱਚ ਮੌਤ ਹੁੰਦੀ ਹੈ ਜਾਂ ਫਿਰ ਵੰਸ਼ ਅੱਗੇ ਨਹੀਂ ਵੱਧਦਾ, ਕੀ ਇਹ ਸੱਚ ਹੈ? ਇਹ ਬਿਲਕੁਲ ਸੱਚ ਹੈ ਜੀ, ਜੋ ਅਸੀਂ ਸੁਣਿਆ। ਤੁਸੀਂ ਇਸ ਚੀਜ਼ ਤੇ ਯਕੀਨ ਕਰਦੇ ਹੋ ਚਬਾਰਾ ਪੈਂਦਾ ਹੈ ਤੇ ਘਰ ਦੇ ਵਿੱਚ ਮੌਤ ਹੁੰਦੀ ਹੈ? ਬਿਲਕੁਲ ਜੀ, ਪਹਿਲਾਂ ਵੀ ਇਸ ਪਿੰਡ ਮੁਸਲਮਾਨ ਰਹਿੰਦੇ ਸੀ, ਉਹ ਮਤਲਬ ਕੋਈ ਮਰ ਗਏ, ਕੋਈ ਚਲੇ ਗਏ, ਕੋਈ ਭੱਜ ਗਏ, ਬਾਕੀ ਇੱਥੇ ਚਬਾਰਾ ਨਹੀਂ ਪੈਂਦਾ ਜੀ, ਜਿਹੜਾ ਪਾਉਂਦਾ ਨੁਕਸਾਨ ਹੁੰਦਾ। ਅਤੇ ਬੇਟਾ ਜੀ, ਇਹ ਗੱਲ ਬਿਲਕੁਲ ਸਹੀ ਹੈ, ਜੋ ਧਾਰਨਾ ਅਸੀਂ ਸੁਣੀ ਹੋਈ ਹੈ ਜਾਂ ਜੋ ਸਾਡੇ ਸਾਹਮਣੇ ਫਿਰਨੀ ਦੇ ਅੰਦਰ ਅੰਦਰ ਚਬਾਰਾ ਜੋ ਵੀ ਮਤਵਲ ਪਿਆ ਹੈ, ਉਹ ਜਾਂ ਤਾਂ ਮਤਵਲ ਮਾਨਸਿਕ ਤੌਰ 'ਤੇ ਜਾਂ ਕਿਸੇ ਚੀਜ਼ ਦੀ ਮਤਵਲ ਉਹਨਾਂ ਨੂੰ ਪ੍ਰੋਬਲਮ ਆਈ ਆ, ਇਹ ਚੀਜ਼ ਬਿਲਕੁਲ ਸਹੀ ਹੈ। ਤੇ ਤੁਸੀਂ ਤੁਸੀਂ ਕਦੇ ਕੋਸ਼ਿਸ਼ ਕੀਤੀ ਚਬਾਰਾ ਪਾਉਣ ਦੀ? ਨਾ ਜੀ, ਅਸੀਂ ਕੀਤੀ ਤਾਂ ਸੀ ਬਟ ਸਾਨੂੰ ਫਿਰ ਲੋਕਾਂ ਵੱਲ ਵੇਖ ਕੇ ਤਾਂ ਅਸੀਂ ਨਹੀਂ ਪਾਇਆ, ਫਿਰ ਨੁਕਸਾਨ ਬੜਾ ਹੁੰਦਾ ਘਰ ਦਾ। ਕਿਉਂ ਹੋ ਜਾਂਦਾ, ਕੀ ਹੁੰਦਾ ਫਿਰ ਜੇ ਚਬਾਰਾ ਪਾ ਜਾਈਏ ਤਾਂ? ਬਸ ਉਹ ਬੰਦੇ ਸਾਡੇ ਇੱਥੇ ਪਾਇਆ ਸੀ, ਇੱਕ ਥਾਣੇਦਾਰ ਸੀ ਪਟਿਆਲੇ ਦਾ ਸੱਜਣ ਸਿੰਘ, ਉਹਨੇ ਪਾਇਆ ਸੀ, ਕਹਿੰਦਾ ਲੋਕਾਂ ਕੋਲ ਪੈਸੇ ਨਹੀਂ ਹੈਗੇ। ਅੱਛਾ, ਉਹਨੇ ਆ ਕੇ 40 ਕਿੱਲੇ ਜ਼ਮੀਨ ਵੀ ਲੈ ਲਈ ਅਤੇ ਚਬਾਰਾ ਵੀ ਪਾ ਲਿਆ ਅਤੇ ਫਿਰ ਫੇਲ ਹੋ ਗਿਆ ਸਾਰਾ ਕੰਮ ਕਾਰ ਹੀ। ਇਸ ਪਿੰਡ ਦੇ ਵਿੱਚ ਕੋਈ ਚਬਾਰਾ ਪਾਉਂਦਾ ਹੈ ਤਾਂ ਉਹਦੇ ਘਰ ਦੇ ਵਿੱਚ ਨੁਕਸਾਨ ਹੁੰਦਾ ਹੈ, ਚਾਹੇ ਉਹ ਜਾਨੀ ਹੋਵੇ, ਸਰੀਰਕ ਹੋਵੇ, ਆਰਥਿਕ ਹੋਵੇ, ਮਾਨਸਿਕ ਹੋਵੇ, ਨੁਕਸਾਨ ਹੁੰਦਾ ਹੈ। ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ? ਮੈਂ ਤਾਂ ਇਸ ਚੀਜ਼ ਨੂੰ ਨਹੀਂ ਬਿਲਕੁਲ ਮੰਨਦਾ ਜੀ। ਕਿਉਂਕਿ ਸਾਡੇ ਪਿੰਡ ਪਹਿਲਾਂ ਗੁਰੂ ਘਰ ਨੀਵਾਂ ਹੁੰਦਾ ਸੀ, ਅਤੇ ਉਸ ਟਾਈਮ 'ਤੇ ਇਹ ਹੁੰਦਾ ਸੀ ਵੀ ਮਤਲਬ ਚਬਾਰਾ ਗੁਰੂ ਘਰ ਤੋਂ ਉੱਚਾ ਹੋ ਗਿਆ ਅਤੇ ਇਸ ਕਰਕੇ ਲੋਕ ਇਸ ਚੀਜ਼ ਤੋਂ ਡਰਦੇ ਸਨ। ਇਹ ਵੀ ਅੰਕਲ ਜੀ ਨੇ ਦੱਸਿਆ ਕਿ ਉਹਨਾਂ ਦੇ ਇੱਕੋ ਇੱਕ ਇਕਲੌਤਾ ਬੇਟਾ ਸੀਗਾ, ਉਹਨਾਂ ਦੀ ਹਾਰਟ ਅਟੈਕ ਨਾਲ ਉਹਨਾਂ ਦੀ ਮੌਤ ਹੋ ਗਈ ਅਚਾਨਕ, ਪਰ ਫਿਰ ਵੀ ਇਹਨਾਂ ਦਾ ਇਹ ਮੰਨਣਾ ਹੈ ਕਿ ਉਹ ਰੱਬ ਦਾ ਲਿਖਿਆ ਹੋਇਆ ਲੇਖ ਹੈ, ਉਹ ਨਹੀਂ ਬਦਲਿਆ ਜਾ ਸਕਦਾ।
ਆ ਜਿਹੜੇ ਥਾਣੇਦਾਰ ਸੀ ਨਾ ਰਹਿੰਦਾ ਇੱਥੇ, ਇਹਦੇ 'ਚ 12 ਸੀ, ਇਹਦੇ 2 ਮੁੰਡੇ ਪੂਰੇ ਹੋ ਗਏ ਵਿਚਾਰੀ ਦੇ, ਵੱਡੇ ਵੱਡੇ ਮੁੰਡੇ ਹਨ ਵਿਆਹੇ। ਅਤੇ ਜੇ ਉੱਧਰ ਹੈ ਤਾਂ ਉੱਧਰ ਵੀ ਵਿਆਹਿਆ ਸੀ ਮੁੰਡਾ, 2-3 ਵਾਰੀ ਵਿਆਹਿਆ ਅਤੇ ਬਸ ਆਪ ਪੂਰਾ ਹੋ ਗਿਆ। ਮਤਲਬ ਇਹ ਵਾਕਈ ਗੱਲ ਸੱਚ ਹੈ ਕਿ ਚਬਾਰਾ ਜੇ ਪੈਂਦਾ ਆ ਤਾਂ ਜਿਹੜੇ ਘਰ ਦੇ ਵਿੱਚ ਆ ਵੰਸ਼ ਨਹੀਂ ਵੱਧਦਾ ਅੱਗੇ? ਵੱਧਦਾ ਨਹੀਂ ਗਾ। ਦੇਖੋ ਬੇਟਾ ਜੀ, ਹੈ ਤਾਂ ਬਹੁਤ ਕੁਛ ਹੈ, ਅਗਰ ਅਸੀਂ ਇਸ ਚੀਜ਼ ਨੂੰ ਕਹਾਂਗੇ ਹੋ ਸਕਦਾ ਉਹ ਇਸ ਚੀਜ਼ ਤੋਂ ਮਤਲਬ ਪਰੇਸ਼ਾਨ ਹੋਣ, ਉਹ ਇਸ ਚੀਜ਼ ਨੂੰ ਮਤਲਬ ਨਾ ਚਾਹੁੰਦੇ ਹੋਣ, ਤਾਂ ਸਾਡੇ ਸਾਹਮਣੇ ਡੈਥ ਵੀ ਹੋਈ ਹੈ ਚਬਾਰੇ ਵਾਲਿਆਂ ਦੀ, ਸਾਡੇ ਸਾਹਮਣੇ ਉਹਨਾਂ ਨੂੰ ਡਿਫੀਕਲਟੀਆਂ ਵੀ ਆਈਆਂ ਨੇ। ਮੰਨਦੇ ਨੇ ਇਸ ਗੱਲ ਨੂੰ ਵੀ ਚਬਾਰੇ ਨਾਲ ਸਾਡਾ? ਮੰਨਦੇ ਹੀ ਹੋਣਗੇ, ਅਤੇ ਹੁਣ ਕੀ ਪਤਾ ਮੰਨਦੇ ਕਿ ਨਹੀਂ ਮੰਨਦੇ। ਹੁਣ ਇਹ ਗੱਲ ਆ ਵੀ ਹੁਣ ਇੰਨਾ ਤਾਂ ਨੁਕਸਾਨ ਹੋ ਗਿਆ, ਲੋਕ ਇਹ ਹੋ ਜਾਂਦੇ ਨੇ ਵੀ ਚਬਾਰੇ ਚਬਾਰਾ ਪਾਇਆ ਤਾਂ ਤੁਸੀਂ ਤੁਹਾਡਾ ਨੁਕਸਾਨ ਹੋਇਆ। ਪਹਿਲਾਂ 2-3 ਵਾਰੀ ਵਿਆਹਿਆ ਕੁੜੀਆਂ ਵੋਟੀਆਂ ਮਰ ਗਈਆਂ, ਫਿਰ ਵਿਆਹਿਆ ਮਰ ਗਈ, ਅਤੇ ਇਹ ਜਿਹੜੀ ਹੁਣ ਆਪ ਮਰ ਗਿਆ ਵਿਚਾਰਾ। ਸਤਿ ਸ਼੍ਰੀ ਅਕਾਲ, ਬ੍ਰੇਕਿੰਗ ਨਿਊਜ਼ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਕਰਮਜੀਤ ਕੌਰ ਫਿਰ ਲੈ ਕੇ ਹਾਜ਼ਰ ਹੋਈ ਹਾਂ ਇੱਕ ਖਾਸ ਪੇਸ਼ਕਸ਼, ਖਾਸ ਪ੍ਰੋਗਰਾਮ। ਅੱਜ ਦੀ ਇੱਕ ਪੇਸ਼ਕਸ਼ ਦੇ ਵਿੱਚ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਕਿਸੇ ਪਿੰਡ ਬਾਰੇ, ਇੱਕ ਅਜਿਹਾ ਪਿੰਡ ਜਿੱਥੇ ਅੱਜ ਤੱਕ ਕੋਈ ਵੀ ਚਬਾਰਾ ਨਹੀਂ ਪਿਆ। ਬਿਲਕੁਲ ਸਹੀ ਸੁਣਿਆ ਤੁਸੀਂ, ਇਸ ਪਿੰਡ ਦੇ ਵਿੱਚ ਜਿੰਨੇ ਵੀ ਤੁਸੀਂ ਮਕਾਨ ਵੇਖੋਗੇ, ਜਿੰਨੇ ਵੀ ਘਰ ਦੇਖੋਗੇ, ਉਹਨਾਂ ਦੇ ਘਰਾਂ ਦੇ ਉੱਤੇ ਕੋਈ ਵੀ ਚਬਾਰਾ ਨਹੀਂ ਪਿਆ ਹੋਇਆ, ਨਾ ਹੀ ਮਮਟੀ ਪਈ ਹੋਈ ਹੈ। ਅਤੇ ਜੇਕਰ ਕੋਈ ਪਾਉਂਦਾ ਆ, ਇਹ ਕਿਹਾ ਜਾਂਦਾ ਕਿ ਜੇਕਰ ਕੋਈ ਵੀ ਵਿਅਕਤੀ ਕੋਸ਼ਿਸ਼ ਕਰਦਾ ਚਬਾਰਾ ਪਾਉਣ ਦੀ, ਤਾਂ ਉਹਨਾਂ ਦੇ ਘਰ ਦੇ ਵਿੱਚ ਕੋਈ ਨਾ ਕੋਈ ਮੌਤ ਹੋ ਜਾਂਦੀ ਹੈ, ਉਹਨਾਂ ਦਾ ਵੰਸ਼ ਜਿਹੜਾ ਆ ਅੱਗੇ ਨਹੀਂ ਵੱਧਦਾ। ਅਸੀਂ ਵੀ ਸੁਣ ਕੇ ਹੈਰਾਨ ਹੋਏ ਸੀ। ਇਸ ਤੋਂ ਬਾਅਦ ਅਸੀਂ ਇਸ ਪਿੰਡ ਦੇ ਵਿੱਚ ਆਪ ਪਹੁੰਚੇ, ਅਤੇ ਹੁਣ ਜਦੋਂ ਦੇਖਿਆ ਕਿ ਕੋਈ ਪਿੰਡ ਦੇ ਵਿੱਚ ਚਬਾਰਾ ਨਹੀਂ ਹੈਗਾ, ਅਸੀਂ ਵੀ ਸੋਚ ਕੇ ਹੈਰਾਨ ਹੋ ਗਏ ਕਿ ਵਾਕਈ ਸੱਚਮੁੱਚ ਗੱਲ ਸੱਚ ਹੈ। ਇਹ ਜਾਣਨ ਲਈ, ਸੱਚ ਦੀ ਸੱਚਾਈ ਜਾਣਨ ਲਈ ਅੱਜ ਅਸੀਂ ਪਿੰਡ ਦੇ ਵਿੱਚ ਪਹੁੰਚੇ ਹਾਂ, ਅਤੇ ਬਜ਼ੁਰਗ ਬੈਠੇ ਹੋਏ ਨੇ, ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਉਹਨਾਂ ਤੋਂ ਜਾਣਾਂਗੇ, ਕਿਉਂਕਿ ਬਜ਼ੁਰਗ ਕਾਫੀ ਲੰਬੇ ਸਮੇਂ ਤੋਂ ਇੱਕ ਪਿੰਡ ਵਿੱਚ ਰਹਿ ਰਹੇ ਨੇ, ਉਹਨਾਂ ਤੋਂ ਹੀ ਜਾਣਾਂਗੇ ਕਿ ਵਾਕਈ ਇਸ ਪਿੰਡ ਵਿੱਚ ਚਬਾਰਾ ਨਹੀਂ ਪੈਂਦਾ। ਸਤਿ ਸ਼੍ਰੀ ਅਕਾਲ ਬਾਪੂ ਜੀ, ਕੀ ਹਾਲ ਹੈ, ਕੀ ਨਾਮ ਤੁਹਾਡਾ? ਮੇਰਾ ਨਾਮ ਗੁਰਦੇਵ ਸਿੰਘ। ਗੁਰਦੇਵ ਸਿੰਘ, ਇਸ ਪਿੰਡ 'ਚ ਕਿੰਨੇ ਟਾਈਮ ਤੋਂ ਰਹਿ ਰਹੇ ਹੋ ਤੁਸੀਂ? ਹਾਂਜੀ, ਕਿੰਨੇ ਟਾਈਮ ਤੋਂ ਇਸ ਪਿੰਡ ਵਿੱਚ ਰਹਿ ਰਹੇ ਹੋ? ਅਸੀਂ ਬਹੁਤ ਚਿਰ ਤੋਂ, ਜਨਮ ਤੋਂ ਹੀ ਹਾਂ ਮੈਂ। ਅੱਛਾ, ਅਤੇ ਮੈਂ ਸੁਣਿਆ ਇਸ ਪਿੰਡ ਵਿੱਚ ਚਬਾਰਾ ਨਹੀਂ ਪੈਂਦਾ। ਹਾਂ, ਚਬਾਰਾ ਪੈਂਦਾ ਨਹੀਂ। ਕਿਉਂ ਨਹੀਂ ਪੈਂਦਾ? ਵੇਖੋ ਕੀ ਪਤਾ ਹੁਣ ਸਾਨੂੰ ਕਿਉਂ ਨਹੀਂ ਪੈਂਦਾ। ਕਿਸੇ ਨੇ ਪਾਉਣ ਦੀ ਕੋਸ਼ਿਸ਼ ਕੀਤੀ ਅੱਜ ਤੱਕ? ਪਾਏ ਤਾਂ ਹੈਗੇ ਨੇ, ਪਰ ਉਹ ਬੰਦੇ ਫੇਲ ਹੋ ਗਏ। ਕਿਉਂ ਹੋ ਜਾਂਦਾ, ਕੀ ਹੁੰਦਾ ਫਿਰ ਜੇ ਚਬਾਰਾ ਪਾ ਜਾਈਏ ਤਾਂ? ਬਸ ਉਹ ਬੰਦੇ ਸਾਡੇ ਇੱਥੇ ਪਾਇਆ ਸੀ, ਇੱਕ ਥਾਣੇਦਾਰ ਸੀ ਪਟਿਆਲੇ ਦਾ ਸੱਜਣ ਸਿੰਘ, ਉਹਨੇ ਪਾਇਆ ਸੀ, ਕਹਿੰਦਾ ਲੋਕਾਂ ਕੋਲ ਪੈਸੇ ਨਹੀਂ ਹੈਗੇ। ਅੱਛਾ, ਉਹਨੇ ਆ ਕੇ 40 ਕਿੱਲੇ ਜ਼ਮੀਨ ਵੀ ਲੈ ਲਈ, ਅਤੇ ਚਬਾਰਾ ਵੀ ਪਾ ਲਿਆ, ਅਤੇ ਫਿਰ ਫੇਲ ਹੋ ਗਿਆ ਸਾਰਾ ਕੰਮ ਕਾਰ ਹੀ। ਫੇਲ ਹੋ ਗਿਆ, ਨਾਲੇ ਮੈਂ ਸੁਣਿਆ ਵੀ ਕਹਿੰਦੇ ਨੇ ਜੇ ਚਬਾਰਾ ਪਾਓ ਤਾਂ ਮੌਤ ਹੋ ਜਾਂਦੀ ਘਰ ਦੇ ਵਿੱਚ, ਇਹ ਸੱਚ ਹੈ? ਦੇਖੋ ਜੀ, ਮੌਤਾਂ ਵੀ ਹੋ ਜਾਂਦੀਆਂ ਨੇ। ਅੱਛਾ, ਤੇ ਹੋਰ ਬਜ਼ੁਰਗ ਨੇ ਸਾਡੇ ਨਾਲ, ਕੀ ਨਾਮ ਹੈ ਅੰਕਲ ਜੀ ਤੁਹਾਡਾ? ਮੇਰਾ ਨਾਮ ਮੇਜਰ ਸਿੰਘ ਆ। ਮੇਜਰ ਸਿੰਘ, ਜਿਹੜਾ ਪਿੰਡ ਹੈ ਇਹਦੇ ਵਿੱਚ, ਇਹ ਕਿਹਾ ਜਾਂਦਾ ਕਿ ਇਸ ਪਿੰਡ ਦੇ ਵਿੱਚ ਇੱਕ ਹੋਰ ਪਿੰਡ ਵੀ ਨਾਲ ਜੁੜਿਆ ਹੋਇਆ ਹੈ ਨਾ, ਸੁਜਾਨਪੁਰ ਕਹਿੰਦੇ ਨੇ ਜਿਹਨੂੰ, ਉੱਥੇ ਵੀ ਅਤੇ ਇਸੇ ਪਿੰਡ ਦੇ ਵਿੱਚ ਵੀ ਖੇੜੀ ਮੁਸਲਮਾਨੀ ਦੇ ਵਿੱਚ ਵੀ ਜਿਹੜਾ ਚਬਾਰਾ ਨਹੀਂ ਪੈਂਦਾ? ਤੁਸੀਂ ਕੋਈ ਹੈ ਐਸਾ ਬੰਦਾ ਜਿਹਨੇ ਚਬਾਰਾ ਪਾਇਆ ਹੋਵੇ ਤੇ ਉਹਦੇ ਘਰ ਦੇ ਵਿੱਚ ਮੌਤ ਹੋ ਗਈ ਹੋਵੇ? ਗੱਲ ਵੀ ਚਬਾਰਾ ਕਿਸੇ ਦਾ ਨਹੀਂ ਹੈਗਾ, ਸਾਡੇ ਖਾਲੀ ਹੋ ਗਏ ਨੇ ਸਾਰੇ ਘਰ। ਹਾਂ, ਅੱਛਾ, ਕਿੰਨੇ ਕੇਸ ਅਦਾ ਦੇ ਹੋਏ ਨੇ ਜਿਹਨਾਂ ਨੇ ਚਬਾਰਾ ਪਾਇਆ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਮੌਤਾਂ ਹੋਈਆਂ ਤੇ ਵੰਸ਼ ਨਹੀਂ ਵਧਿਆ? ਸੱਜਣ ਸਿੰਘ ਸਾਰਾ ਹੀ ਖਾਲੀ ਹੋ ਗਿਆ। ਅੱਛਾ, ਉਹਦੇ ਮੁੰਡੇ ਵੀ ਮਰ ਗਏ, ਆਪ ਵੀ ਮਰ ਗਿਆ, ਘਰ ਵਾਲੀ ਮਰ ਗਈ, ਸਾਡਾ ਭਾਈ ਹੈ ਸੂਬੇਦਾਰ ਨਿਹਾਲ ਸਿੰਘ, ਉਹ ਵੀ ਉਹਨੇ ਚਬਾਰਾ ਪਾਇਆ, ਉਹਦਾ ਵੀ ਕੱਖ ਨਹੀਂ ਰਿਹਾ, ਇਕੱਲਾ ਇਕੱਲਾ ਮੁੰਡਾ ਸੀ, ਉਹ ਵੀ ਚਲਾ ਗਿਆ, ਇੱਕੋ ਮੁੰਡਾ। ਫਿਰ ਉਸ ਤੋਂ ਬਾਅਦ ਉਹਨੇ ਚਬਾਰਾ ਢਾਤਾ? ਨਹੀਂ, ਚਬਾਰਾ ਅਜੇ ਢਾਇਆ ਨਹੀਂ। ਫਿਰ